अक्सर आए दिन चर्चा में रहने वाले झंडियाला गुरु में बढ़ रही वारदातों का सिलसिला यूं ही जारी है, जिसके चलते शहरवासियों में बहक का माहौल बना हुआ है। देर रात 1:30 बजे के करीब वेरोवाल रोड कू गुरु अर्जन देव इलाके में लूटपाट की एक बड़ी घटना सामने आई है। मौके पर मौजूद कांग्रेसी नेता राजविंदर सिंह ने बताया कि उन्होंने उनके पड़ोसी बलबीर सिंह पुत्र नंद सिंह के घर में यह घटना घटी, जिसमें करीब 10 से 12 अज्ञात लुटेरों ने उनके घर में दाखिल होकर सो रहे बुजुर्ग दंपत्ति बलबीर सिंह पुत्र नंद सिंह और उनकी पत्नी सुखवंत कौर पर हमला कर दिया। उन्होंने बताया कि इनके पास दातर व अन्य हथियार भी थे। उन्होंने बताया कि इनके घर की अलमारी से करीब 25 से 30 तोले सोना व नकदी भी चुरा ली गई है। बता दें कि इनका बहू और बेटा और उनका बच्चा जो कि दूसरे कमरे में सो रहे थे बाल बाल बच गए। वहीं घायल हुए पारिवारिक सदस्यों को इलाज के लिए श्री गुरु रामदास अस्पताल अमृतसर में दाखिल करवाया गया है। वहीं इस वारदात की सूचना मिलते ही घटना का जायजा लेने के लिए मौके पर पहुंचे SHO अमोलक सिंह अपनी पुलिस पार्टी सहित वहां पर पहुंचे और मामले की जाँच शुरू कर दी। बातचीत करते हुए उन्होंने बताया कि अज्ञात आरोपियों पर मामला दर्ज कर लिया गया है और आगे की कार्रवाई की जा रही है। आरोपियों को जल्द से जल्द गिरफ्तार कर सलाखों के पीछे डाल दिया जाएगा। झंडियाला गुरु से कमलजीत सिंह के साथ प्रगट सिंह की रिपोर्ट। की घटना की पापी राती राती मतलब भाई सुते सी 1 बजे बाहरों आए काफी जाने 12-13 जाने ते मतलब उन्होंने बुआ खुलाया है मम्मी ना दा ते उन्होंने अचानक उन्होंने मतलब मार कुट की उन्हों की बड़ी ते गहना ला गए सारा उन्हों का कढ़ गए। किन्ने मेंबर हो घर चे? 5 जने छोटा बच्चा ते 4 जने सी। किधरली साइड दी आए हो जदों अंदर बड़े आ मेन डोर थाने तुसी थाने भी गए सी कि राती? हां जी थाने गए सी। थाने भाजी ने मतलब कॉल कीती सी ते उदों आए सी सारे। ते किस तरह बचा होया तुहाडा सर? ਫਿਰ ਜਦੋਂ ਭਾਜੀ ਨੂੰ ਕਾਲ ਕੀਤੀ ਤੇ ਉਹ ਫਾਇਰਿੰਗ ਕਰਦੇ ਆਏ ਬਾਹਰੋਂ ਜਦੋਂ ਤੇ ਉਦੋਂ ਮਤਲਬ ਉਹਨਾਂ ਨੇ ਭੱਜੇ ਆ ਇੱਥੋਂ ਕੰਧ ਟੱਪ ਕੇ। ਜ਼ਖਮੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਕਾਫੀ ਨੁਕਸਾਨ ਹੋਇਆ, ਪਾਪਾ ਦੇ ਕਾਫੀ ਸੱਟ ਲੱਗੀ ਆ, 3-4 ਜਗ੍ਹਾ ਸਿਰ ਫਾਟਾ, ਬੱਤੀ ਤੇ। ਤੇ ਕਿੱਥੇ ਹੈਗੇ ਹੁਣ ਉਹ? ਉਹ ਐਮਰਜੈਂਸੀ ਨੇ ਗੁਰੂ ਨਾਨਕ ਗੁਰਾਮਦਾਸ ਹਸਪਤਾਲ। ਤੇ ਹੋਰ ਕਿਤੇ ਕਿਤੇ ਸੱਟਾਂ ਲੱਗੀਆਂ? ਔਰ ਮੰਮੀ ਦੇ ਮਤਲਬ ਬਾਹਾਂ ਦੇ ਕਾਫੀ ਉਹਨਾਂ ਨੇ ਗਡਾਸੀਆਂ ਵਗੈਰਾ ਮਾਰੀਆਂ, ਕੰਨ 'ਚੋਂ ਵਾਲੀਆਂ ਵਗੈਰਾ ਖਿੱਚੀਆਂ, ਕੰਨ ਦੀਦੀ ਦਾ ਪਿਆ ਸੀ ਸਾਡੇ ਕੋਲ ਤੇ ਉਹ ਵੀ ਉਹ ਲੈ ਗਏ ਆ ਸਾਰਾ। ਕੀ ਮੰਗ ਕਰਦੇ ਪ੍ਰਸ਼ਾਸਨ ਨੂੰ? ਸਾਨੂੰ ਇਨਸਾਫ ਦਵਾਇਆ ਜਾਵੇ। ਠੀਕ ਜਾਣਕਾਰੀ ਦੇਣਾ ਜੀ। ਰਾਤੀ ਇੱਥੇ ਵਾਰਦਾਤ ਹੋਈ ਇੱਕ ਬਲਬੀਰ ਸਿੰਘ ਨੇ ਸਾਨੂੰ ਨਾਮ ਸੀ ਉਹਨਾਂ ਦੇ ਘਰੇ ਦੇ ਕੋਲ ਕਲੋਨੀ ਥੱਲੇ ਉੱਥੇ ਹੋਈ ਰਾਤੀ ਵਾਰਦਾਤ। ਰਾਜਵਿੰਦਰ ਸਿੰਘ ਹੁਣੀ ਇੱਥੇ ਸੱਟਾਂ ਸੱਟਾਂ 2 ਜਣੇ ਨੇ। ਕਿਹੜੇ ਹਸਪਤਾਲ? ਗੁਰੂ ਰਾਮਦਾਸ ਫਾਇਰਿੰਗ ਵੀ ਕੀਤੀ ਗਈ ਹੈ ਜੀ। ਚਲੋ ਉਹ ਇਹਨਾਂ ਨੇ ਆਪਣੇ ਬਚਾਅ ਦੇ ਵਿੱਚ ਜਿਹੜੇ ਨੇ ਉਹ ਤੇ ਹਵਾਈ ਪਾਈ ਸਮਾਨ ਕੀ ਲੱਗਿਆ ਜੀ? ਸਮਾਨ ਅਜੇ ਤੇ ਕਰ ਰਹੇ ਨੇ ਚੈੱਕ, ਗੋਲਡਿਆ ਤੇ ਇੱਕ ਗਨ ਲੈ ਕੇ ਗਏ ਸਰ। ਇੱਕ ਜਿਹੜਾ ਬੰਡਾਲੇ ਜਿਹੜਾ ਸੁਸਾਈਡ ਜਿਸ ਤਰ੍ਹਾਂ ਕੀਤਾ ਜੀ ਉਹਦੇ ਬਾਰੇ ਦੱਸਣਾ ਜੀ ਕੀ ਉਹ ਸੀ? ਉਹ ਜਿਹੜੇ 243 ਨੰਬਰ FIR ਦੇ ਵਿੱਚ ਜਿਹੜੀ USPF ਦੇ ਜਵਾਨ ਦੀ ਛਾਤ ਹੋਈ ਸੀ ਉਹਦੇ ਸੰਬੰਧ ਵਿੱਚ ਜਿਹੜਾ ਮੋਟਰਸਾਈਕਲ ਦਾ ਓਨਰ ਸੀ ਉਹਨੇ ਸੁਸਾਈਡ ਕੋਈ ਵੈਰੀਫਾਈ ਕਿਹੜਾ ਕੀਤਾ ਜਿਹਨੇ ਗੋਲੀ ਉਹਨੇ ਮਾਰੀ? ਵੈਰੀਫਾਈ ਉਹ ਇੱਥੇ ਇੱਕ ਮੁੰਡਾ ਵਰਿੰਦਰ ਸਿੰਘ ਫੋਰਨਰ ਕਰਕੇ ਆ ਜੰਡਾਲੀ ਗਲੀ ਤੋਂ ਪ੍ਰੇਮੀ ਵਾਲੀ ਗਲੀ 'ਚ ਇਹਨਾਂ ਦਾ ਘਰ ਆ ਕਰਤਾ ਰੋਡ ਦੇ। ਉਹ ਮੁੰਡਾ ਸਾਨੂੰ ਮੇਨ ਪੁੱਛਿਆ ਅਤੇ ਉਹ ਵਰਿੰਦਰ ਐਮ ਏ ਕਰਦਾ। ਠੀਕ ਠੀਕ ਕੀ ਘਟਨਾ ਵਾਪਰੀ ਤੁਸੀਂ ਮੌਕੇ 'ਤੇ ਆਏ? ਇਹ ਜੀ ਰਾਤ 10-11 ਜਣੇ ਹੀ ਆਉਣ ਪਿਆ ਜੀ।
ਡੇਢ ਕੁ ਵਜੇ ਦੇ ਲਗਭਗ ਟਾਈਮ ਸੀ ਅਤੇ ਕੰਧ ਟੱਪ ਕੇ ਅੰਦਰ ਚੱਲ ਗਏ ਆ ਇਹ ਦੋਵੇਂ ਬਜ਼ੁਰਗ ਸੀ ਇੱਕ ਕਮਰੇ 'ਚ ਦੂਸਰੇ ਕਮਰੇ 'ਚ ਇਹਨਾਂ ਦਾ ਬੇਟਾ ਅਤੇ ਇਹਨਾਂ ਦੀ ਨੌਂ ਇਹਨਾਂ ਨੇ ਜਾ ਕੇ ਜੀ ਅੰਦਰ ਜਾ ਕੇ ਉਹਨਾਂ ਨੂੰ ਜਾਂਦੇ ਫੜ ਲਿਆ ਬਸ ਜਾ ਕੇ ਅਤੇ ਮੁੜ ਕੇ ਇਹਨਾਂ ਨੇ ਪੁੱਛ ਕੇ ਉਹਨਾਂ ਨੂੰ ਮਾਰ ਕੁੱਟ ਕਰਨੀ ਸ਼ੁਰੂ ਕਰਤੀ ਇਹਨਾਂ ਨੇ ਸਮਾਨ ਵੀ ਸਾਰਾ ਦੇ ਦਿੱਤਾ ਉਹਨਾਂ ਨੂੰ ਕੱਢ ਕੇ ਵੀ ਸਾਨੂੰ ਨਾ ਉਹਨਾਂ ਕਿਹਾ ਵੀ ਨਹੀਂ ਬਹੁਤ ਮਾਰਿਆ ਜੀ ਇਹਨਾਂ ਨੂੰ ਸਾਰਾ ਸਿਰ ਉਹਨਾਂ ਦਾ ਹਿੱਟ ਕਰਤਾ ਸਾਰਾ ਦਵਾਈਆਂ ਦਾ ਜੀ ਅਤੇ ਬਹੁਤ ਸੀਰੀਅਸ ਹੁਣ ਕਿੱਥੇ ਬਚਾਅ ਮੈਂ ਜੀ ਇੱਥੋਂ ਮੁੜ ਕੇ ਇਹਨਾਂ ਨੇ ਮੈਨੂੰ ਜਿਹੜੀ ਨੌਂ ਜੀ ਉਹਨੇ ਅੰਦਰੋਂ ਫੋਨ ਕੀਤਾ ਉਹਨੇ ਮੈਂ ਫੋਨ ਕੀਤਾ ਫਿਰ ਮੈਂ ਤਾਂ ਘਰੋਂ ਆਇਆ ਜੀ ਫਿਰ ਆਣ ਕੇ ਇਹਨਾਂ ਨੂੰ ਹੁਣ ਕਿੱਥੇ ਗਿਆ ਇਸ ਟਾਈਮ ਸਾਰੇ ਜਿਹੜੇ ਇੰਜਰਡ ਆ ਕਿੱਥੇ ਗਏ ਤੇ ਗੁਰੂ ਰਾਮਦਾਸ ਹਸਪੀਟਲ ਐਡਮਿਟ ਕਰਾਇਆ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਤਾਂ ਇਹੋ ਵੇਖੋ ਜੀ ਹੁਣ ਕੀ ਬਣਦਾ ਤੁਹਾਡੇ ਸਾਹਮਣੇ ਆ ਵੇਖ ਲਓ ਆ ਤਿੰਨ ਚਾਰ ਵਾਰ ਦਿੱਤਾ ਹੋ ਗਿਆ ਥੋੜੇ ਦਿਨਾਂ 'ਚ ਰਾਤੀ ਜਦੋਂ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਤਾਂ ਕੀ ਅੱਗੇ ਉਹਨਾਂ ਵੱਲੋਂ ਕੀ ਜਵਾਬ ਇਹਨਾਂ ਵੱਲੋਂ ਕੋਈ ਰਿਸਪੋਂਸ ਨਹੀਂ ਜੀ ਕਿਸੇ ਨੇ ਪਹਿਲਾਂ ਫੋਨ ਨਹੀਂ ਚੁੱਕਿਆ ਬਾਅਦ ਵਿੱਚ ਅਸੀਂ ਗਏ ਹਾਂ ਤਾਂ ਗੇਟ ਇਹਨਾਂ ਦਾ ਬੰਦ ਸੀ ਅਸੀਂ ਗੇਟ ਕਾਫੀ ਟਾਈਮ ਇਹਨਾਂ ਦਾ ਮਤਲਬ ਸਾਰੇ ਬੰਦੇ ਮੇਰੇ ਨਾਲ ਸੀ ਬੰਦੇ ਵਾਲੇ ਇਹਨਾਂ ਨੇ ਨਹੀਂ ਖੋਲਿਆ ਫਿਰ ਅਸੀਂ ਵਾਪਸ ਆਣ ਕੇ ਫਿਰ ਅਸੀਂ ਇਹਨਾਂ ਨੂੰ ਹਸਪੀਟਲ ਲੈ ਗਏ ਅਤੇ ਮੁੜ ਕੇ ਇਹਨਾਂ ਨੇ ਕੁਛ ਨਹੀਂ ਮਤਲਬ ਹੁਣ ਆਏ ਆ ਸਵੇਰੇ ਰਾਤ ਕੋਈ ਨਹੀਂ ਮੁੜ ਕੇ ਇੱਕ ਚੌਂਕੀ ਇੰਚਾਰਜ ਆਇਆ ਰਾਤ ਉਹ 3 ਕੁ ਵਜੇ ਮੇਰਾ ਖੜਾਇਆ ਬਾਅਦ 'ਚ ਹੁਣ ਆਏ